ਸਤਿ ਸ਼੍ਰੀ ਅਕਾਲ ਅਸਲਾਮ ਵਾਲੇਕੁਮ ਨਮਸਕਾਰ ਦੋਸਤੋ ਦੋਸਤੋ ਮੈਂ ਮੌਲੀ ਪ੍ਰਾਪਰਟੀ ਸਰਚ ਤੋਂ ਗੁਰਮਨ ਬੋਲ ਰਿਹਾ ਦੋਸਤੋ ਆ ਪਾਰਕ ਲਗਦਾ ਹੈਗਾ ਪਾਰਕ ਦੇ ਨਾਲ ਹੀ ਪਲਾਟ ਅਵੇਲੇਬਲ ਹੈ 150 ਗਜ ਦਾ 150 ਗਜ ਦਾ ਪਲਾਟ ਜਿਹੜਾ ਹੈਗਾ ਐਰੋ ਸਿਟੀ ਦੇ ਵਿੱਚ ਅਵੇਲੇਬਲ ਹੈ ਰੀਜ਼ਨੇਬਲ ਪ੍ਰਾਈਸ ਤੇ ਹੈ 1 15 ਦੀ ਆਸਕਿੰਗ ਹੈ 1 10 ਤੋਂ ਲੈ ਕੇ 1 25 ਤੱਕ ਜਿਹੜਾ ਹੈਗਾ ਐਰੋ ਸਿਟੀ ਦੇ ਵਿੱਚ 150 ਗਜ ਦਾ ਪਲਾਟ ਜਿਹੜਾ ਹੈਗਾ ਆਈ ਬਲਾਕ ਦੇ ਵਿੱਚ ਮਿਲ ਜਾਂਦਾ ਹੈ ਤੇ ਦੋਸਤੋ ਸਭ ਤੋਂ ਅੱਛੀ ਗੱਲ ਇਹ ਹੈਗੀ ਹੈ ਆ ਪ੍ਰੋਪਰ ਮੇਨਟੇਨ ਹੈ ਸਾਰੇ ਕਾਰ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਸਾਡੇ 22 बाई 50 ਸਾਈਜ਼ ਹੈਗਾ ਦੋਸਤੋ ਇਹ ਸਾਹਮਣੇ پارک ਆ ਗਿਆ ਜਿਵੇਂ ਕਿ ਮੈਂ ਤੁਹਾਨੂੰ ਦਿਖਾ ਰਿਹਾ ਸੀਗਾ ਆਹ پارک ਹੈਗਾ ਔਰ ਇਸ ਲਾਈਨ ਦੇ ਵਿੱਚ ਜਿਹੜਾ ਹੈਗਾ ਪਲਾਟ ਅਵੇਲੇਬਲ ਆ ਆਹ ਲਾਈਨ ਆ ਗਈ ਹੈ ਇਸ ਲਾਈਨ ਦੇ ਵਿੱਚ 150 ਗਜ ਦਾ ਪਲਾਟ ਮਿਲ ਜਾਏਗਾ ਸਾਰੀ ਰੈਸ਼ ਹੈਗੀ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਤੁਹਾਨੂੰ ਦਿਖਾ ਰਿਹਾ ਸਾਡੇ 22 बाई 50 ਸਾਈਜ਼ ਹੈ ਔਰ ਪ੍ਰੋਪਰ ਰੈਸ਼ ਹੈਗੀ ਹੈ ਤੇ 8300 ਸੀਰੀਜ਼ ਹੈਗੀ ਹੈ ਆਈ ਬਲਾਕ ਹੈਗਾ ਔਰ ਇੱਥੇ ਹੋਰ ਵੀ ਮੇਰੇ ਕੋਲ ਬਹੁਤ ਸਾਰੇ ਪਲਾਟਸ ਹੈਗੇ 150 ਗਜ ਦੇ ਜਿੰਨਾ ਦਾ ਸਾਈਜ਼ 220x50 ਵਾਟਰ ਸੀਵਰੇਜ ਕਨੈਕਸ਼ਨ ਸਾਰਾ ਪਈ ਹੋਇਆ ਪ੍ਰੋਪਰ ਲੁੱਕ ਵਾਲੀ ਸੜਕ ਹੈ ਆਸਟਰੀ ਲਾਈਟਸ ਵਗੈਰਾ ਲੱਗੀ ਹੋਈ ਹੈ ਅੰਡਰਗਰਾਉਂਡ ਵਾਇਰਿੰਗ ਹੈਗੀ ਹੈ ਔਰ ਵੈਲ ਮੇਨਟੇਨਡ ਸੈਕਟਰ ਹੈਗਾ ਦੋਸਤੋ ਦੋਸਤੋ ਅਗਰ ਇਸ ਪਲਾਟ ਇਸ ਲਾਈਨ ਦੇ ਵਿੱਚ ਪਲਾਟ ਅਵੇਲੇਬਲ ਹੈ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਰਹਿਸ਼ ਹੈਗੀ ਹੈ ਸਾਰੀ ਆ ਲਾਈਨ ਦੇ ਵਿੱਚ ਪਲਾਟ ਸੀਗਾ ਹੋਰ ਵੀ ਪਲਾਟਸ ਪਏ ਹੈ ਆ ਸਾਰੇ ਜਿਹੜੇ ਹੈਗੇ 150 ਗਜ ਦੀ ਇਨਵੈਂਟਰੀ ਹੈਗੀ ਹੈ ਅਗਰ ਦੋਸਤੋ ਇਸ ਲੋਕੇਸ਼ਨ ਦੇ ਵਿੱਚ ਤੁਹਾਨੂੰ ਹੋਰ ਵੀ ਪਲਾਟਸ ਚਾਹੀਦੇ ਮੈਨੂੰ ਕਾਲ ਕਰ ਸਕਦੇ ਹੋ 7986051479 ਤੇ ਮੈਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਓ ਤੁਹਾਡੇ ਸਪੋਰਟ ਤੇ ਆਰਸ਼ੀਵਾਦ ਦੀ ਲੋੜ ਹੈਗੀ ਐ ਔਰ ਮੇਰੇ ਜੇ ਸਬਸਕ੍ਰਾਈਬ ਕਰੋਗੇ ਮੇਰੇ ਕੋਲ ਬਹੁਤ ਸਾਰੀ ਕੋਠੀ ਤੇ ਪਲਾਟਸ ਦੀ ਵੀਡੀਓਜ਼ ਆ ਜੂਗੀ ਮੌਲੀ ਦੇ ਵਿੱਚ ਵੀ ਮੇਰੇ ਕੋਲ ਪਲਾਟਸ ਤੇ ਕੋਠੀਆਂ ਅਵੇਲੇਬਲ ਹੈ ਔਰ ਸੰਨੀ ਇਨਕਲੇਵ ਦੇ ਵਿੱਚ ਵੀ ਮੇਰੇ ਕੋਲ 에어ਪੋਰਟ ਰੋਡ ਦੇ ਉੱਤੇ ਪਲਾਟਸ ਤੇ ਕੋਠੀਆਂ ਅਵੇਲੇਬਲ ਹੈ ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਆਪਾਂ ਫੇਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਧੰਨਵਾਦ ਜੀ